ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦ ਪੰਜਾਬ ਟੀਵੀ ਤੇ ਮੈਂ ਆ ਜੱਜ ਸਿੰਘ ਚਾਹਲ। ਬਹੁਤ ਦੇਰ ਤੋਂ ਚੁੱਪ ਬੈਠੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਜਦੋਂ YouTube ਚੈਨਲ ਜਿੱਤੇਗਾ ਪੰਜਾਬ ਦਾ ਐਲਾਨ ਕੀਤਾ ਤਾਂ ਬਹੁਤ ਸਾਰੇ ਸਿਆਸਤਦਾਨਾਂ ਨੇ ਉਹਨਾਂ ਦਾ ਮਜ਼ਾਕ ਉਡਾਇਆ ਕਿ YouTube ਤੇ ਹੁਣ ਪੰਜਾਬ ਦੇ ਵਿੱਚ ਕ੍ਰਾਂਤੀ ਆਏਗੀ। ਪਰ ਨਵਜੋਤ ਸਿੰਘ ਸਿੱਧੂ ਦੇ ਪਿੱਛੇ ਹੁਣ ਹੋਰ ਵੀ ਲੀਡਰ ਤੁਰਦੇ ਦਿਖਾਈ ਦਿੰਦੇ ਨੇ। ਗਿੱਦੜਬਾਹਾ ਤੋਂ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾਵੜਿੰਗ ਨੇ ਵੀ YouTube ਤੇ ਆਪਣਾ ਚੈਨਲ ਸ਼ੁਰੂ ਕਰ ਦਿੱਤਾ ਹੈ, ਜਿਸ ਦਾ ਨਾਂ ਉਹਨਾਂ ਨੇ ਸੋਚ ਪੰਜਾਬ ਦੀ ਰੱਖਿਆ ਹੈ। ਸਭ ਤੋਂ ਪਹਿਲਾਂ ਤੁਹਾਨੂੰ ਸੁਣਾਉਂਦੇ ਹਾਂ ਕਿ ਆਮ ਆਦਮੀ ਪਾਰਟੀ ਦਾ ਅਮਰਿੰਦਰ ਸਿੰਘ ਰਾਜਾਵੜਿੰਗ ਦੇ ਇਸ YouTube ਚੈਨਲ ਬਾਰੇ ਕੀ ਕਹਿਣਾ ਹੈ। ਦੇਖੋ, ਮੈਂ ਸਮਝਦਾ ਕਿ ਲੋਕਤੰਤਰ ਦੇ ਵਿੱਚ ਹਰੇਕ ਲੀਡਰ ਨੂੰ, ਹਰੇਕ ਪਾਰਟੀ ਨੂੰ ਆਪੋ ਆਪਣੀ ਗੱਲ ਕਹਿਣ ਦਾ ਹੱਕ ਹੁੰਦਾ ਤੇ ਇਹੀ ਡੈਮੋਕ੍ਰੇਸੀ ਦੀ ਸਭ ਤੋਂ ਵੱਡੀ ਖੂਬਸੂਰਤੀ ਹੈ। ਪਹਿਲਾਂ ਸਨ ਨਵਜੋਤ ਸਿੰਘ ਸਿੱਧੂ ਜੀ ਨੇ ਤੇ ਹੁਣ ਰਾਜਾਵੜਿੰਗ ਨੇ ਇਹ YouTube ਚੈਨਲ ਖੋਲ੍ਹੇ ਨੇ। ਮੈਂ ਸਮਝਦਾ ਕਿ ਉਹਨਾਂ ਦੇ ਜ਼ਾਤੀ ਡਿਸੀਜਨ ਨੇ, ਉਹ ਇਸ ਤਰੀਕੇ ਇਸ ਮਾਧਿਅਮ ਦੇ ਰਾਹੀਂ ਆਪਦੀ ਗੱਲ ਪੰਜਾਬ ਦੇ ਲੋਕਾਂ ਦੇ ਨਾਲ ਕਰਨੀ ਚਾਹੁੰਦੇ ਨੇ, ਉਹਨਾਂ ਤੱਕ ਪਹੁੰਚਾਉਣੀ ਚਾਹੁੰਦੇ ਨੇ। ਉਹਨਾਂ ਦੀ ਆਪਣੀ ਮਰਜ਼ੀ ਹੈ, ਪਰ ਮੈਂ ਸਮਝਦਾ ਕਿ ਸਿਰਫ ਚੈਨਲਾਂ ਦੇ ਜ਼ਰੀਏ ਲੋਕਾਂ ਦੇ ਮਸਲੇ, ਜਿਹੜੇ ਲੋਕਾਂ ਦੇ ਦੁੱਖ ਤਕਲੀਫਾਂ ਨੇ, ਉਹ ਹੱਲ ਨਹੀਂ ਹੋ ਸਕਦੇ ਹੈਗੇ। ਲੋਕਾਂ ਦੇ ਮਸਲੇ ਹੱਲ ਕਰਨ ਦੇ ਲਈ ਉਹਨਾਂ ਨੂੰ ਉਹਨਾਂ ਤੱਕ ਆਪਦੀ ਗੱਲ ਪਹੁੰਚਾਉਣ ਤੋਂ ਜ਼ਿਆਦਾ ਉਹਨਾਂ ਦੀ ਗੱਲ ਸੁਣਨ ਤੇ ਉਹਨੂੰ ਹੱਲ ਕਰਨ, ਇਹ ਜ਼ਿਆਦਾ ਵੱਡੀ ਜ਼ਿੰਮੇਵਾਰੀ ਹੁੰਦੀ ਹੈ। ਸੋ ਮੈਂ ਸਮਝਦਾ, ਪਰ ਮੈਂ ਫਿਰ ਵੀ ਉਹਨਾਂ ਨੂੰ ਮੈਂ ਬੈਸਟ ਆਫ ਲੱਕ, ਮੈਂ ਗੁੱਡ ਲੱਕ ਕਹੂੰਗਾ ਕਿ ਜੇ ਉਹਨਾਂ ਨੇ ਜੋ ਇਹ ਇਨੀਸ਼ੀਏਟਿਵ ਲਿਆ, ਜੇ ਬਾਦਲ ਸਾਹਿਬ, ਅਕਾਲੀ ਦਲ ਬਾਦਲ ਜੇ PTC ਚਲਾ ਸਕਦੇ ਨੇ ਤੇ ਕੋਈ ਹੋਰ ਲੀਡਰ ਆਪਦਾ YouTube ਚੈਨਲ ਕਿਉਂ ਨਹੀਂ ਖੋਲ ਸਕਦਾ ਹੈਗਾ। ਜ਼ਰੂਰ ਖੋਲਣਾ ਚਾਹੀਦਾ, ਪਰ ਲੋਕਾਂ ਦੇ ਮੁੱਦੇ ਨੇ, ਜਿਹੜੇ ਲੋਕਾਂ ਦੇ ਮਸਲੇ ਨੇ ਜਿਹੜੇ, ਉਹ ਜ਼ਰੂਰ ਐਡਰੈਸ ਹੋਣੇ ਚਾਹੀਦੇ ਨੇ। ਲੋਕਾਂ ਦਾ ਚੈਨਲ ਉਹ ਆਮ ਆਦਮੀ ਪਾਰਟੀ ਹੈ, ਸੋ ਇਸ ਕਰਕੇ ਅਸੀਂ ਲੋਕਾਂ ਦੇ ਮੁੱਦੇ ਜਿਹੜੇ ਚੱਕ ਰਹੇ ਹਾਂ। ਆਮ ਆਦਮੀ ਪਾਰਟੀ ਨੇ ਇਹੀ ਦਾਵਾ ਨਵਜੋਤ ਸਿੰਘ ਸਿੱਧੂ ਦੇ ਚੈਨਲ ਵਾਰੀ ਵੀ ਕੀਤਾ ਸੀ। ਆਮ ਆਦਮੀ ਪਾਰਟੀ ਕਹਿੰਦੀ ਸੀ ਕਿ ਬਹੁਤ ਚੰਗੀ ਗੱਲ ਹੈ ਨਵਜੋਤ ਸਿੰਘ ਸਿੱਧੂ ਆਪਣੀ ਗੱਲ ਲੋਕਾਂ ਸਾਹਮਣੇ ਰੱਖਣਾ ਚਾਹੁੰਦੇ ਨੇ, ਪਰ ਉਹਨਾਂ ਨੂੰ ਲੋਕਾਂ ਵਿੱਚ ਆ ਕੇ ਆਪਣੀ ਗੱਲ ਰੱਖਣੀ ਚਾਹੀਦੀ ਹੈ ਤਾਂ ਜੋ ਲੋਕ ਵੀ ਉਹਨਾਂ ਨੂੰ ਆਪਣੀਆਂ ਗੱਲਾਂ ਦੱਸ ਸਕਣ। ਪਰ ਅਮਰਿੰਦਰ ਸਿੰਘ ਰਾਜਾਵੜਿੰਗ ਨੇ 15 ਮਾਰਚ ਨੂੰ ਸੋਚ ਪੰਜਾਬ ਦੀ ਨਾਂ ਦਾ ਚੈਨਲ ਬਣਾਇਆ, ਜਦਕਿ 12 ਮਾਰਚ ਨੂੰ ਬਣਿਆ ਸੀ ਨਵਜੋਤ ਸਿੰਘ ਸਿੱਧੂ ਦਾ ਚੈਨਲ ਅਤੇ 14 ਤਰੀਕ ਨੂੰ ਉਸ ਤੇ ਪਹਿਲੀ ਵੀਡੀਓ ਅਪਲੋਡ ਕੀਤੀ ਗਈ ਸੀ। ਜਿੱਤੇਗਾ ਪੰਜਾਬ ਨਾਂ ਰੱਖਿਆ ਨਵਜੋਤ ਸਿੰਘ ਸਿੱਧੂ ਨੂੰ ਅਤੇ ਸੋਚ ਪੰਜਾਬ ਦੀ ਨਾਂ ਰੱਖਿਆ ਹੈ ਅਮਰਿੰਦਰ ਸਿੰਘ ਰਾਜਾਵੜਿੰਗ ਨੇ। ਜਿੱਥੇ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਗੱਲ ਕੀਤੀ ਹੈ ਉਹ ਵੀਡੀਓਜ਼ ਪਾਈਆਂ ਨੇ, ਦੋ ਵੀਡੀਓਜ਼ ਪਾ ਦਿੱਤੀਆਂ ਨੇ ਨਵਜੋਤ ਸਿੰਘ ਸਿੱਧੂ ਨੇ, ਉਧਰ ਦੋ ਹੀ ਵੀਡੀਓਜ਼ ਪਾਈਆਂ ਨੇ ਅਮਰਿੰਦਰ ਸਿੰਘ ਰਾਜਾਵੜਿੰਗ ਦੇ ਚੈਨਲ ਸੋਚ ਪੰਜਾਬ ਦੀ ਤੇ। ਪਰ ਉਹ ਜੋ ਵੀਡੀਓਜ਼ ਨੇ ਉਹ ਅਮਰਿੰਦਰ ਸਿੰਘ ਰਾਜਾਵੜਿੰਗ ਦੀਆਂ ਤਾਰੀਫਾਂ ਵਾਲੀਆਂ ਵੀਡੀਓ ਨੇ, ਜੋ ਕਿ ਉਹਨਾਂ ਦੇ ਹਲਕੇ ਦੇ ਲੋਕ ਉਹਨਾਂ ਦੀਆਂ ਤਾਰੀਫਾਂ ਕਰਦੇ ਨੇ, ਉਹੀ ਕਟਿੰਗ ਬਣਾ ਬਣਾ ਕੇ ਐਡਿਟ ਕਰਕੇ ਦੋ ਵੀਡੀਓਜ਼ ਪਾਈਆਂ ਗਈਆਂ ਨੇ। ਇਸ ਤਰ੍ਹਾਂ ਵੱਖੋ ਵੱਖ ਮਟੀਰੀਅਲ ਦੋਹਾਂ ਚੈਨਲਾਂ ਤੇ ਪਾਇਆ ਗਿਆ ਹੈ। ਪਰ ਅਮਰਿੰਦਰ ਸਿੰਘ ਰਾਜਾਵੜਿੰਗ ਨਵਜੋਤ ਸਿੰਘ ਸਿੱਧੂ ਦੀਆਂ ਪੈੜਾਂ ਤੇ ਪੈਰ ਧਰਦੇ ਦਿਖਾਈ ਦਿੰਦੇ ਨੇ, ਕਿਉਂਕਿ ਅੱਜ ਕੱਲ ਅਮਰਿੰਦਰ ਸਿੰਘ ਰਾਜਾਵੜਿੰਗ ਨੇ ਇੱਕ ਨਵੀਂ ਮੁਹਿੰਮ ਵਿੱਢੀ ਹੋਈ ਹੈ। ਆਪਣੇ ਫੇਸਬੁੱਕ ਪੇਜ ਤੇ ਲਾਈਵ ਹੋ ਕੇ ਅਮਰਿੰਦਰ ਸਿੰਘ ਰਾਜਾਵੜਿੰਗ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਨੇ ਕਿ ਮੈਂ ਚਾਹੁੰਦਾ ਕਿ ਪੰਜਾਬ ਦੇ ਲੋਕਾਂ ਨੂੰ ਜਿਹੜੀ ਰੇਤ ਹੈ ਉਹ ਫ੍ਰੀ ਮਿਲਣੀ ਚਾਹੀਦੀ ਹੈ, ਬਿਨਾਂ ਕਿਸੇ ਪੈਸੇ ਤੋਂ ਮਿਲਣੀ ਚਾਹੀਦੀ ਹੈ। ਇਸ ਦੇ ਲਈ ਉਹਨਾਂ ਨੇ ਪੰਜਾਬ ਦੇ ਲੋਕਾਂ ਤੋਂ ਰਾਏ ਵੀ ਮੰਗੀ ਹੈ ਕਿ ਤੁਸੀਂ ਸਰਕਾਰ ਨੂੰ ਦੱਸੋ, ਸਾਨੂੰ ਦੱਸੋ ਕਿ ਇਹ ਕਿਵੇਂ ਸੰਭਵ ਹੋ ਸਕਦਾ ਹੈ, ਕਿਉਂਕਿ ਮੈਂ ਚਾਹੁੰਦਾ ਕਿ ਪੰਜਾਬ ਦੇ ਲੋਕਾਂ ਨੂੰ ਰੇਤ ਦੇ ਲਈ ਕੋਈ ਵੀ ਪੈਸਾ ਨਾ ਦੇਣਾ ਪਵੇ। ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਵੀ ਉਹਨਾਂ ਨੇ ਇਹ ਗੱਲ ਆਖੀ ਸੀ ਕਿ ਜਿਸ ਤਰ੍ਹਾਂ ਲੋਕਾਂ ਲੁੱਟਿਆ ਜਾ ਰਿਹਾ ਉਹ ਬੰਦ ਹੋਣੀ ਚਾਹੀਦੀ ਹੈ ਲੁੱਟ, ਉਹਨਾਂ ਕੋਲੋਂ ਕੋਈ ਵੀ ਪੈਸਾ ਨਹੀਂ ਲਿਆ ਜਾਣਾ ਚਾਹੀਦਾ। ਜਿਸ ਦਾ ਵੀ ਦਿਲ ਕਰੇ ਆਪਣੀ ਲੇਬਰ ਲਿਆਵੇ ਅਤੇ ਰੇਤ ਪੁੱਟ ਕੇ ਲੈ ਜਾਵੇ, ਫ੍ਰੀ ਰੇਤ ਲੋਕਾਂ ਨੂੰ ਮਿਲਣੀ ਚਾਹੀਦੀ ਹੈ। ਇਸ ਤਰ੍ਹਾਂ ਮਾਈਨਿੰਗ ਪਾਲਿਸੀ ਨਵਜੋਤ ਸਿੰਘ ਸਿੱਧੂ ਲੈ ਕੇ ਆਏ ਸਨ, ਉਹਨਾਂ ਦੀ ਮਾਈਨਿੰਗ ਪਾਲਿਸੀ ਨੂੰ ਦਰਕਿਨਾਰ ਕਰ ਦਿੱਤਾ ਗਿਆ ਸੀ, ਨਾ ਕਰ ਦਿੱਤੀ ਗਈ ਸੀ, ਅਤੇ ਹੁਣ ਅਮਰਿੰਦਰ ਸਿੰਘ ਰਾਜਾਵੜਿੰਗ ਵੀ ਲੋਕਾਂ ਦੇ ਨਾਲ ਸਿੱਧਾ ਰਾਬਤਾ ਕਾਇਮ ਕਰਦੇ ਦਿਖਾਈ ਦਿੰਦੇ ਨੇ। ਕਹਿੰਦੇ ਨੇ ਕਿ ਜੇਕਰ ਤੁਹਾਡੇ ਕੋਲ ਕੋਈ ਸੁਝਾਅ ਹੈ ਕਿ ਰੇਤ ਫ੍ਰੀ ਕਿਵੇਂ ਮਿਲ ਸਕਦੀ ਹੈ, ਸਾਨੂੰ ਦੱਸੋ, ਕਿਸੇ ਵੀ MLA ਨੂੰ ਦੱਸੋ, ਕਿਸੇ ਵੀ ਮੰਤਰੀ ਨੂੰ ਦੱਸੋ, ਮੁੱਖ ਮੰਤਰੀ ਨੂੰ ਦੱਸੋ, ਭਾਵੇਂ ਚਿੱਠੀ ਪਾਓ, ਕਮੈਂਟ ਕਰੋ, ਈਮੇਲ ਕਰੋ, ਪਰ ਦੱਸੋ ਜ਼ਰੂਰ ਕਿ ਪੰਜਾਬ ਦੇ ਲੋਕਾਂ ਨੂੰ ਫ੍ਰੀ ਰੇਤ ਕਿਵੇਂ ਮਿਲ ਸਕਦੀ ਹੈ। ਇਸ ਤਰ੍ਹਾਂ ਜੋ ਕੁਝ ਨਵਜੋਤ ਸਿੰਘ ਸਿੱਧੂ ਕਰ ਰਹੇ ਸਨ ਲੋਕਾਂ ਦੇ ਪੱਖ ਦੇ ਵਿੱਚ, ਉਹੀ ਕੁਝ ਅਮਰਿੰਦਰ ਸਿੰਘ ਰਾਜਾਵੜਿੰਗ ਵੀ ਇੱਥੇ ਕਰਦੇ ਦਿਖਾਈ ਦਿੰਦੇ ਨੇ। ਲੱਗ ਰਿਹਾ ਕਿ ਨਵਜੋਤ ਸਿੰਘ ਸਿੱਧੂ ਦੇ ਪਿੱਛੇ ਪਿੱਛੇ ਅਮਰਿੰਦਰ ਸਿੰਘ ਰਾਜਾਵੜਿੰਗ ਵੀ ਚੱਲ ਰਹੇ ਨੇ, ਉਹ ਵੀ ਲੋਕਾਂ ਦੇ ਨਾਲ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਇਸੇ ਕਰਕੇ ਸ਼ਾਇਦ ਇੱਕ ਦਿਨ ਬਾਅਦ ਹੀ YouTube ਚੈਨਲ ਵੀ ਬਣਾ ਦਿੱਤਾ ਗਿਆ ਆਪਣੇ ਨਾਂ ਦਾ, ਨਹੀਂ ਜਿਵੇਂ ਨਵਜੋਤ ਸਿੰਘ ਸਿੱਧੂ ਨੇ ਜਿੱਤੇਗਾ ਪੰਜਾਬ ਨਾਂ ਰੱਖਿਆ, ਉਹਨਾਂ ਨੇ ਵੀ ਸੋਚ ਪੰਜਾਬ ਦੀ ਇਸ YouTube ਚੈਨਲ ਦਾ ਨਾਂ ਰੱਖਿਆ ਹੈ। ਇੱਕ ਸਵਾਲ ਹੁਣ ਅਸੀਂ ਤੁਹਾਡੇ ਤੋਂ ਦ ਪੰਜਾਬ ਟੀਵੀ ਦੇ ਦਰਸ਼ਕਾਂ ਤੋਂ, ਪੰਜਾਬ ਦੇ ਲੋਕਾਂ ਤੋਂ ਪੁੱਛ ਲੈਣਾ ਚਾਹੁੰਦੇ ਹਾਂ ਕਿ ਕੀ ਤੁਸੀਂ ਆਮ ਆਦਮੀ ਪਾਰਟੀ ਦੀ ਇਸ ਗੱਲ ਦੇ ਨਾਲ ਸਹਿਮਤ ਹੋ ਕਿ YouTube ਚੈਨਲਾਂ ਦੇ ਨਾਲ ਪੰਜਾਬ ਦੇ ਮਸਲੇ ਹੱਲ ਨਹੀਂ ਹੋਣੇ। ਇਹਨਾਂ ਲੀਡਰਾਂ ਨੂੰ ਲੋਕਾਂ ਵਿੱਚ ਆ ਕੇ ਇਹ ਮਸਲੇ ਚੁੱਕਣੇ ਚਾਹੀਦੇ ਨੇ, ਆਪਣੀ ਗੱਲ ਰੱਖਣੀ ਚਾਹੀਦੀ ਹੈ ਤਾਂ ਜੋ ਲੋਕ ਵੀ ਇਹਨਾਂ ਸਾਹਮਣੇ ਆਪਣੀਆਂ ਗੱਲਾਂ ਰੱਖ ਸਕਣ। ਆਮ ਆਦਮੀ ਪਾਰਟੀ ਦੀ ਇਸ ਗੱਲ ਨੂੰ ਤੁਸੀਂ ਕਿਵੇਂ ਦੇਖਦੇ ਹੋ? ਤੁਹਾਡੀ ਜੋ ਵੀ ਰਾਏ ਹੈ ਇਸ ਖਬਰ ਤੇ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ। ਜੇਕਰ ਤੁਸੀਂ ਇਸੇ ਤਰ੍ਹਾਂ ਪੰਜਾਬ ਦੀ ਹਰ ਖਬਰ ਨੂੰ ਨਿਰਪੱਖਤਾ ਨਾਲ ਦੇਖਦੇ ਰਹਿਣਾ ਚਾਹੁੰਦੇ ਹੋ ਤਾਂ YouTube ਤੇ ਦ ਪੰਜਾਬ ਟੀਵੀ ਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ, ਬੈਲ ਵਾਲਾ ਬਟਨ ਜ਼ਰੂਰ ਦਬਾ ਲੈਣਾ, ਅਤੇ ਜੇਕਰ ਤੁਸੀਂ ਇਹ ਖਬਰ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਫੇਸਬੁੱਕ ਤੇ ਦ ਪੰਜਾਬ